ਕਣਕ ਸਰਪੰਚ ਧੂੜਬੋਲੀਆਂ ਕਲਚਰ ਦੋਨੋਂ ਦੇ ਵਿੱਚ ਵੀ ਤਿੰਨ ਮੋਟਰਸਾਈਕਲ ਦਿੱਤੇ ਗਏ। ਪਰ ਅੱਜ ਕਿਹੋ ਜਿਹੀ ਕਮਾਲ ਹੋਵੇਗੀ, ਕਣਕ ਸਰਪੰਚ ਬਰਨਾਲੇ ਵਾਲਾ ਧੂੜਕੋਟ ਪਿੰਡ ਵਾਲਾ ਉੱਧਰ ਬਹੁਤ ਬਹੁਤ ਧੰਨਵਾਦ ਹੈ ਜੀ। ਸਰਦਾਰ ਸੋਹਣ ਸਿੰਘ ਜੀ ਸਰਪੰਚ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਅੰਗ ਦੀ ਜਿੰਨੀਆਂ ਵੀ ਸ਼ਖਸੀਅਤਾਂ ਬੈਠੀਆਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਜਿੰਨੇ ਵੀ ਸਾਡੇ ਸਟੇਟੇ ਸਾਡੇ ਸਤਿਕਾਰਯੋਗ ਬਜ਼ੁਰਗ ਸਾਰੇ ਪਿਤਾ ਸਮਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਉੱਧਰ ਭਾਈ ਮਣੀ ਬਾਜਰੀ ਹੋਣੀ ਚੈਨੀ ਗੋਸਰ ਹੋਣੀ ਉਹਦੀ ਵਿਸ਼ੇਸ਼ ਤੌਰ 'ਤੇ ਆਪਾਂ ਆਪਣੇ ਤਰੀਕੇ ਨਾਲ ਭਾਈ ਪਵਨੇ ਸਿੰਘ ਹੋਣੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਪਰ ਜਨਕਰੇ ਉੱਠਾ ਦੇ ਮੋੜੇ ਵਿੱਚੋਂ ਜਨਕ ਇਹ ਜਨਕ ਧੂਰ ਕੋਟ ਆ ਰੋਇਲ ਟਰੈਕਟਰ ਦੇ ਜ਼ਰੀਏ ਲਾਈਵ ਜਿਹੜਾ ਦਿਖਾਇਆ ਜਾ ਰਿਹਾ ਸਾਡੇ ਵੀਰ ਵਿਸ਼ੇਸ਼ ਤੌਰ 'ਤੇ ਆਏ ਆ। ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਭਰਾਵਾਂ ਦਾ। ਪਰ ਪਹਿਲਾ ਚੱਕਰ ਪੂਰਾ ਹੋਵੇ ਨਾ ਤੇ ਉਸ ਤੋਂ ਬਾਅਦ ਆਪਣੇ ਪੈਰੀ ਆਪ ਜਿੱਦਾਂ ਕਹਿੰਦੇ ਨਾ ਵੀ ਆਪੇ ਪੱਟ ਕੇ ਆਪੇ ਲੰਘਣਾ ਪੈਣਾ ਫਿਰ ਕਮਾਲ ਦੀ ਹੋਵੇਗੀ। ਜਨਕ ਸਿੰਘ ਫੂਲਾ ਬਈ ਵਾਹ ਇਹ ਜਨਕ ਸਿੰਘ ਫੂਲਾ ਵਾਹ ਬੜਾ ਪਿਆਰਾ ਨਾਂ ਹੈ। ਕਾਰਨ ਪਤਾ ਨਹੀਂ ਕੀ ਹੈ ਪਰ ਸਮਾਂ ਟਾਪੂਦਾ ਜਾ ਰਿਹਾ। ਕਦੇ ਅਕਾਲੀ ਫੂਲਾ ਸਿੰਘ ਦੀ ਗੱਲ ਹੋਈ ਹੈ ਪਰ ਇੱਧਰ ਜਨਕ ਸਿੰਘ ਫੂਲਾ ਸਾਡਾ ਵੀਰ ਧੰਨਵਾਦ ਕਰਦੇ ਹਾਂ ਜੁੜਿਆ ਸਾਡੇ ਨਾਲ ਕੰਮ ਖਿੱਚ ਕੇ। ਮੈਨੂੰ ਲੱਗਦਾ ਗੋਲੇ ਨੂੰ ਮਾਤ ਪਾਊਗਾ ਜਾਂ ਨਾ ਇਹ ਸਮੇਂ ਦੀ ਗੱਲ ਹੋਣੀ ਆ, ਇਹ ਸਮੇਂ ਦੇ ਮੰਗਲ ਹੋਣੇ ਆ ਮੇਰੇ ਵੀਰੋ। ਹਲੇ ਤਾਂ ਤੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ, ਹਲੇ ਤਾਂ ਫੁੱਲਾ ਗਰਾਊਂਡ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਕਿਉਂਕਿ ਇੱਥੇ ਆ ਡੇਂਜਰ ਜ਼ੋਨ ਆ ਡਾਕਟਰ ਤੱਕ ਪੈਂਦੀ ਆ। ਡਾਕਟਰ ਲਾਲੇ ਦਾ ਨਿਕਰ ਕੀਤਾ ਹੋਇਆ ਸੈਂਟਰ ਆਏ ਸਾਹਮਣੇ ਆਪਾਂ ਦੇਖੀਏ ਖਿੱਚ ਕੇ ਕੰਮ ਨੂੰ ਗੱਲ ਨੇੜੇ ਵੱਲ ਜਾਣੀ ਆ ਇੱਥੇ ਪੁਆਇੰਟ ਗੱਲ ਕਰੇ ਕਹਿੰਦੇ ਐਲਈਡੀ ਨੂੰ ਥੋੜੀ ਕਾਰ ਨਾਲ ਕੱਟਿਆ ਜਦੋਂ ਫੇਰ ਪਾਇਆ ਸੀ ਐਲਈਡੀ ਥੋੜੀ ਕਾਰ ਨਾਲ ਕੱਟੀ। ਬੱਲੇ 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 ਮੈਨੂੰ ਲੱਗਦਾ ਬੋਲ ਐਸੀ ਬੋਲ ਥੋੜਾ ਹੀ ਆਉ ਹੁਣ ਲੱਗਦਾ ਵੀ ਫਰਾਂਸ ਹੋ ਗਿਆ ਉਹ ਬੱਲੇ ਫੁੱਲ ਹੀ ਆ ਫੁੱਲਾ ਤਾਂ ਫੁੱਲ ਹੀ ਆ।